ਪੜਨ ਵਾਲਾ ਜੀਵਨ ਦੇ ਪਿਤਾ ਜੀ, ਤਾਂ ਕਿ ਤੇਰੇ ਨਾਮ ਦੀ ਮਹਿਮਾ ਕਰਨ, ਤੇਰੇ ਨਾਮ ਤੇ ਹੀ ਜੈ ਜੈਕਾਰ ਕਰਨ ਔਰ ਤੇਰੇ ਨਾਮ ਦੀਆਂ ਰੂਹਾਂ ਬਚਾ ਸਕਣ। ਪਿਤਾ ਜੀ ਸਾਰੇ ਲੋਕਾਂ ਨੂੰ ਰੂਹਾਂ ਬਚਾਉਣ ਵਾਲਾ ਵਸੀਲਾ ਬਣਾ। ਪਿਤਾ ਤੇਰਾ ਧੰਨਵਾਦ ਕਰਨੇ ਆ ਪਿਤਾ, ਜਿਨ੍ਹਾਂ ਨੇ ਦਾਨ ਦਿੱਤਾ ਬਹੁਤ ਸਾਰੀ ਬਰਕਤ ਦੇ। ਪਿਤਾ ਜੀ ਜਿਨ੍ਹਾਂ ਨੇ ਨਹੀਂ ਦਿੱਤਾ ਪਿਤਾ, ਉਹਨਾਂ ਨੇ ਵੀ ਬਹੁਤ ਸਾਰੀ ਬਰਕਤ ਦੇ, ਉਹਨਾਂ ਦੇ ਕਾਰੋਬਾਰ 'ਚ ਬਰਕਤ ਦੇ, ਹੱਥਾਂ 'ਚ ਪੈਸੇ ਦੀ ਬਰਕਤ ਦੇ। ਪਿਤਾ ਜੀ ਸੁੱਤੇ ਲੋਕਾਂ ਨੂੰ ਜਗਾ, ਪਿਛਲੇ ਲੋਕਾਂ ਨੂੰ ਵਾਪਸ ਲੈ ਕੇ ਆ, ਟੁੱਟੇ ਲੋਕਾਂ ਨੂੰ ਫਿਰ ਤੋਂ ਜੋੜ ਦੇ, ਕਮਜ਼ੋਰ ਲੋਕਾਂ ਨੂੰ ਨਵਾਂ ਬਲ ਦੇ, ਗਿੱਧੇ ਲੋਕਾਂ ਨੂੰ ਠਾ। ਪਿਤਾ ਜੀ ਜੋ ਬਿਖਰ ਕੇ ਉਹਨਾਂ ਨੂੰ ਫਿਰ ਜੇ ਇਕੱਠਿਆ ਕਰ ਦਿੱਤਾ, ਨਵੇਂ ਤੋਂ ਨਵੇਂ ਪ੍ਰਾਂਤ ਪ੍ਰਾਂਤ ਲੋਕਾਂ ਨੂੰ ਲੈ ਕੇ ਆ। ਪਿਤਾ ਜੀ ਉਹ ਮੇਰੇ ਯਿਸੂ ਰਾਜਾ ਤੋਂ ਸਭ ਕੁਝ ਕਰਨ ਵਾਲਾ ਪਰਮੇਸ਼ਰ ਆ। ਪਿਤਾ ਜੀ ਉਹ ਦੋਨੋਂ ਚੋਲੇ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਭਨਾਂ ਦੇ ਸਾਥ ਹੋ, ਸਭਨਾਂ ਦੀ ਮਨੋਕਾਮਨਾ ਨੂੰ ਪੂਰਾ ਕਰ। ਪਿਤਾ ਜੀ ਜੋ ਬੱਚੇ ਪੜ੍ਹਾਈ ਲਿਖਾਈ ਕਰਦੇ, ਉਹਨਾਂ ਦੀ ਪੜ੍ਹਾਈ ਲਿਖਾਈ ਵਿੱਚ ਮਦਦ ਆਏ ਦੇ ਸਾਥ ਹੋ। ਪਿਤਾ ਜੀ ਉਹ ਸਮਿਆਂ ਤੱਕ ਜੀਵਨ ਸਾਥੀ ਦੇਣਾ। ਪਿਤਾ ਜੀ ਜਿਨ੍ਹਾਂ ਕੋਲ ਪੁੱਤਰ ਉਹਨਾਂ ਨੂੰ ਪੁੱਤਰਾਂ ਦੀ ਮਿਰਾਸ ਸੀ, ਉਹਨਾਂ ਦੇ ਬੰਦ ਮੁੱਖਾਂ ਨੂੰ ਖੋਲ। ਪਿਤਾ ਤੁਹਾਡੇ ਵਚਨ 'ਚ ਲਿਖਿਆ, ਮੈਂ ਉਹਨਾਂ ਨੂੰ ਬੱਚੇ ਦੀ ਮਿਰਾਸ ਦੇ ਕੋਲ ਮਨ ਨੂੰ ਖੁਸ਼ ਕਰਦੇ। ਚਲੋ ਪਿਤਾ ਜੀ ਜਿਨ੍ਹਾਂ ਕੋਲ ਆਪਣੀ ਜਗ੍ਹਾ ਆਪਣਾ ਘਰ ਨਹੀਂ ਹੈ ਪਿਤਾ, ਉਹਨਾਂ ਨੂੰ ਆਪਣੀ ਜਗ੍ਹਾ ਆਪਣਾ ਘਰ ਦੇ, ਆਪਣਾ ਹੀ ਕਾਰੋਬਾਰ ਦੇ, ਤਾਂ ਕਿ ਆਪਣੇ ਪਰਿਵਾਰ ਦੇ ਹਰ ਇੱਕ ਬੋਝ ਨੂੰ ਉਠਾ ਸਕਣ। ਪਿਤਾ ਜੀ ਆਈ ਉਸ ਨੂੰ ਬਹੁਤ ਸਾਰੀ ਬਰਕਤ ਦੇ, ਅੱਜ ਦਾ ਬਚਨ 100 ਗੁਣਾ ਫਲ ਲੈ ਗਿਆ। ਪਿਤਾ ਜੀ ਖਾਣਾ ਬਣਾਉਣ ਵਾਲੇ ਨੂੰ ਬਹੁਤ ਸਾਰੀ ਬਰਕਤ ਦੇ ਨਾ। ਪਿਤਾ ਜੀ ਮੇਰੀ ਪ੍ਰਾਰਥਨਾ ਨੂੰ ਸੁਣੋ, ਕਬੂਲ ਕਰੋ, ਇਹ ਸਭ ਸਿੱਖਣਾ ਤਮਾਮ ਤੇ ਹੋ। ਆਮੇਨ। ਇਸ ਕਲੀਸਿਆ ਦਾ ਦੁਨੀਆਂ ਭਰ ਦੇ ਸਾਰੇ ਸੰਤਾਂ ਪੁੱਤ ਲੋਕਾਣਾ, ਪ੍ਰਭੂ ਯਿਸੂ ਮਸੀਹ ਦੇ ਖੂਨ ਦੇ ਤੇ ਲੋਕਾਣਾ, ਇਸਰਾਇਲੀ ਲੋਕਾਣਾ, ਯਹੂਦੀ ਲੋਕਾਣਾ, ਔਰ ਚਮਤਕਾਰ ਚੱਟ ਜੁੜੇ ਹਜ਼ਾਰਾਂ ਹਜ਼ਾਰਾਂ ਲੱਖਾਂ ਲੱਖਾਂ ਲੋਕਾਂ ਦੇ ਨਾਲ ਹੁਣ ਤੱਕ ਹਮੇਸ਼ਾ ਹਮੇਸ਼ਾ ਤੱਕ ਹੁੰਦੀ ਰਹੇਗੀ। ਆਮੇਨ। ਤੁਹਾਡਾ ਹੱਥ ਲਾ ਕੇ ਹਾਲੇ